ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਜਨਤਾ ਨਗਰ ਦੇ ਨਿਵਾਸੀ ਸੀਵਰੇਜ ਦੀ ਸਮੱਸਿਆ ਕਾਰਨ ਬੇਹੱਦ ਪਰੇਸ਼ਾਨ ਹਨ। ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਇਹਨਾਂ ਮਹੱਲਾ ਨਿਵਾਸੀਆਂ ਲਈ ਸਿਰ ਦਰਦ ਬਣੀ ਹੋਈ ਹੈ। ਸੀਵਰੇਜ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਦੇ ਚੱਲਦੇ ਮਹੱਲਾ ਨਿਵਾਸੀਆਂ ਨੇ ਵੱਡਾ ਇਕੱਠ ਕਰਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੇ ਇਸ ਮਹੱਲੇ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰ ਦੇਣਗੇ। ਦੱਸਦੀ ਹੈ ਕਿ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਸੀਵਰੇਜ ਦੀ ਸਮੱਸਿਆ ਪਹਿਲੇ ਦਿਨ ਤੋਂ ਹੀ ਹੈ ਜਦੋਂ ਤੋਂ ਇਹ ਨਵਾਂ ਸੀਵਰੇਜ ਪਾਇਆ ਗਿਆ ਹੈ, ਪਰ ਹੁਣ 3 ਮੋਟਰਾਂ ਲਗਾਉਣ ਦੇ ਬਾਵਜੂਦ ਵੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਾਂ ਤਾਂ ਆਬਾਦੀ ਨੂੰ ਦੇਖਦੇ ਹੋਏ ਵੱਡਾ ਸੀਵਰੇਜ ਪਾਇਆ ਜਾਵੇ ਜਾਂ ਉੱਥੇ ਪੱਕੀਆਂ ਮੋਟਰਾਂ ਦਾ ਕੋਈ ਹੱਲ ਕੀਤਾ ਜਾਵੇ ਤਾਂ ਜੋ ਕਿ ਬਿਨਾਂ ਬਰਸਾਤ ਇਹਨਾਂ ਮਹੱਲਿਆਂ ਵਿੱਚ ਖੜ੍ਹੇ ਪਾਣੀ ਦਾ ਹੱਲ ਕੀਤਾ ਜਾ ਸਕੇ। ਹਾਂਜੀ, ਮੈਂ ਅਮਰੀਕ ਸਿੰਘ, ਸਾਬਕਾ ਕੌਂਸਲਰ ਜਨਤਾ ਨਗਰ ਧੂਰੀ। ਮੈਂ 18-20 ਸਾਲ ਇਸ ਜਨਤਾ ਨਗਰ ਦੇ ਵਿੱਚ ਕੌਂਸਲਰ ਰਿਹਾ, ਪਰ ਜਿਹੜੀਆਂ ਪ੍ਰੋਬਲਮਾਂ ਹੁਣ ਜਿਹਦੇ ਨਾਲ ਲੋਕ ਜੂਝ ਰਹੇ ਹੈ, ਇਹਦੀਆਂ ਪ੍ਰੋਬਲਮਾਂ ਪਿੱਛੇ ਨਹੀਂ ਆਈਆਂ। ਠੀਕ ਹੈ, ਪਾਣੀ ਖੜਦਾ ਸੀ, ਨਵਾਂ ਸੀਵਰੇਜ ਸੀ, ਇੱਕ ਮੋਟਰ ਹੁੰਦੀ ਸੀ, ਪਰ ਅੱਜ 3-3 ਮੋਟਰਾਂ ਲੱਗਣ ਦੇ ਬਾਵਜੂਦ ਵੀ ਸਥਿਤੀ ਹੈ ਜਿਹੜੀ ਬਹੁਤ ਭੈੜੀ ਹੋ ਚੁੱਕੀ ਹੈ। ਪ੍ਰਸ਼ਾਸਨ ਹੈ ਜਿਹੜਾ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ, ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਹੈ, ਮੱਛਰ ਦੀ ਮਾਰ ਚੱਲ ਰਹੇ ਆ। ਕੱਲ ਜਦੋਂ ਅਸੀਂ ਮੌਕੇ ਤੇ ਦੇਖਿਆ ਕਿ ਇੱਕ ਨਵੀਂ ਮੋਟਰ ਰੱਖੀ ਗਈ ਹੈ, ਪਰ 2 ਘੰਟੇ ਚੱਲ ਕੇ ਉਹ ਮੋਟਰ ਬੰਦ ਹੋ ਗਈ। 3 ਮਹੀਨਿਆਂ ਤੋਂ ਜਿਹੜੀ ਇਹ ਪ੍ਰੋਬਲਮ ਕ੍ਰੀਏਟ ਹੋਈ ਹੈ, ਇਹਨੂੰ ਸੋਲਵ ਕਰਨ ਦੇ ਲਈ ਸਾਡੀਆਂ ਬੀਬੀਆਂ ਭੈਣਾਂ ਵੀ ਇਕੱਠੀਆਂ ਹੋਈਆਂ, IGO ਸਾਹਿਬ ਵੀ ਇੱਥੇ ਆਏ, ਪ੍ਰਸ਼ਾਸਨ ਨੇ ਇੱਥੇ ਹੀ ਮੌਕਾ ਦੇਖਿਆ, ਉੱਥੇ ਵੀ ਬੁਲਾਇਆ, ਸਰਕਾਰੀ ਦਰਬਾਰੇ ਉੱਥੇ ਹੀ ਬੁਲਾਉਂਦੇ ਰਹਿੰਦੇ ਆ, ਪਰ ਕੋਈ ਟਾਈਮ ਦੇ ਕੇ, ਹਫ਼ਤੇ ਦਾ ਟਾਈਮ ਦੇ ਦਿਓ, 4 ਦਿਨ ਦਾ ਟਾਈਮ ਦੇ ਦਿਓ, ਜਿਹਦੇ ਨਾਲ ਕੋਈ ਇਹਨਾਂ ਨੇ ਮਸਲਾ ਹੱਲ ਨਹੀਂ ਕੀਤਾ। ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਇੱਕ ਮੋਟਰ ਚੱਲਦੀ ਆ, ਦੂਸਰੀ ਬੰਦ ਹੋ ਜਾਂਦੀ ਹੈ। 2 ਮੋਟਰਾਂ ਕਹਿੰਦੇ ਲੱਗੀਆਂ ਹੋਈਆਂ, 2 ਦੇ ਵਿੱਚੋਂ ਇੱਕ ਡ੍ਰੌਪ ਕਰ ਜਾਂਦੀ ਹੈ, ਬੰਦ ਹੋ ਜਾਂਦੀ ਹੈ। ਇਹਨਾਂ ਨੇ 3 ਮੋਟਰ ਰੱਖੀ ਜਿਹੜੀ 6-ਇੰਚੀ ਪਾਈਪ ਵਾਲੀ ਸੀ ਔਰ ਕਰਲੋਸਿਕ ਦੀ ਮੋਟਰ ਸੀ। ਕੱਲ EO ਸਾਹਿਬ ਕਹਿੰਦੇ ਅਸੀਂ ਪੈਸੇ ਜਾਰੀ ਕਰ ਦਿੱਤੇ, ਮੋਟਰ ਮੰਗਵਾ ਦਿੱਤੀ। ਕੋਈ ਕੰਪਨੀ ਦੇ ਬੰਦੇ ਖੜੇ ਸੀ ਜਾਂ IGO ਸਾਹਿਬ ਖੜੇ ਸੀ, ਕਹਿੰਦੇ ਵੀ ਜਿਹੜੀ ਸਭ ਤੋਂ ਵਧੀਆ ਕਿਹੜੀ ਹੈ? ਕੋਈ ਕਹਿੰਦਾ ਕਰਪਟਨ ਦੀ ਹੈ, ਕੋਈ ਕਹਿੰਦਾ ਜੀ ਫਲਾਨੀ ਹੈ, ਕਹਿੰਦੇ ਕਰਲੋਸਿਕ, ਕਹਿੰਦੇ ਤਾਂ ਸਭ ਤੋਂ ਘਟੀਆ ਕੁਆਲਿਟੀ ਦੀ ਹੈ। ਵੀ ਕਰਲੋਸਕਰ ਵਾਲੇ ਕਹਿੰਦੇ ਵੀ ਆਪਣੀ ਮੋਟਰ ਬਣਾਉਂਦੇ ਨਹੀਂ, ਆਪਦਾ ਬ੍ਰਾਂਡ ਜਾਰੀ ਕਰਦੇ ਨੇ ਉਹਦੇ ਸਪੇਅਰ ਪਾਰਟ ਇਕੱਠੇ ਕਰਕੇ। ਤਾਂ ਉਹਨਾਂ ਨੇ 10 ਦੀ ਮੋਟਰ ਪਾਈ ਹੈ, ਉਹਨੂੰ ਇੱਕ ਸਲੈਬ ਚੱਕ ਕੇ ਜਦੋਂ ਪਾਇਆ, ਉਹਨੂੰ ਕਾਫੀ ਟਾਈਮ ਲੱਗਿਆ ਉਹ ਕੱਢਣ ਦੇ ਉੱਤੇ ਵੀ। ਜਦੋਂ SGO ਸਾਹਿਬ ਨੂੰ ਪਤਾ ਹੈ ਕਿ ਇਹਨੂੰ ਮੋਟਰ ਨੂੰ ਕੱਢਣ ਦੇ ਉੱਤੇ ਟਾਈਮ ਲੱਗਣਾ, ਕੱਲ 5 ਵਜੇ ਸੀ, ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਹਨਾਂ ਲੋਕਾਂ ਦੀ ਸਮੱਸਿਆ ਹੱਲ ਕਰਨ ਦੇ ਲਈ ਉਹਦੀ ਲੇਬਰ ਲਾਉਂਦੇ, JCB ਮੰਗਾਉਂਦੇ, ਉਹਨੂੰ ਮੋਟਰ ਨੂੰ ਤਾਂ ਕੱਢ ਲੈਂਦੇ ਨਾ। ਕੰਪਨੀ ਨੂੰ ਉਹਨਾਂ ਨੇ ਮੇਲ ਕਰਨੀ ਹੈ, ਕੰਪਨੀ ਦੇ ਬੰਦੇ ਨੇ ਆਉਣਾ, ਜਦੋਂ ਆਉਣਗੇ, ਮੌਸਮ ਦਾ ਹਾਲ ਹੈ ਜਿਹੜਾ ਉਹ ਤੁਸੀਂ ਦੇਖ ਰਹੇ ਹੋ ਕਿ ਜਦੋਂ ਕੰਪਨੀ ਨੇ ਆਉਣਾ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਨਾ ਹੋਵੇ ਕਿ ਸਾਡੇ ਕੋਲ ਮੋਟਰ ਕਿੱਥੇ ਹੈ ਜੀ। ਹਜੇ ਤੱਕ ਉਹਨਾਂ ਨੇ ਉੱਥੇ ਜਿਹੜੀ JCB ਹੈ ਉਹ ਨਹੀਂ ਲਾਈ, ਕਿਉਂਕਿ JCB ਨਾਲ ਪੱਟ ਕੇ ਸਲੈਬ ਚੱਕ ਕੇ ਹੇਠੋਂ ਮੋਟਰ ਹੈ ਜਿਹੜੀ ਉਹ ਕੱਢੀ ਜਾਣੀ ਹੈ। ਜਿਹੜੀ ਸਮੱਸਿਆ ਇਹ ਕੋਈ ਇੱਥੋਂ ਇਕੱਲੀ 1 ਕਰੋੜ ਦੀ ਨਹੀਂ, ਇੱਕ ਗਲੀ ਦੀ ਨਹੀਂ ਹੈ, ਵਾਰਡ ਨੰਬਰ 16 ਉਹ ਸੁੱਖਾ ਸਿੰਘਾਂ ਦੀ ਗਲੀ ਤੋਂ ਲੈ ਕੇ ਸਾਰਾ ਡਿਸਪੋਜ਼ਲ ਤੱਕ ਹੈ, ਸਾਰੀ ਲਾਈਨ ਬਲੌਕ ਹੈ। 8 ਸਾਲ ਜਦੋਂ ਇੱਥੇ ਜਿਮਨੀ ਚੋਣ ਹੋਈ ਸੀ ਉਦੋਂ ਜਾ ਕੇ ਇੱਥੇ ਲਾਈਨ ਹੈ ਜਿਹੜੀ ਕੈਮਰਾ ਦੇ ਨਾਲ ਹੇਠੋਂ ਡਾਟ ਸਾਫ਼ ਹੋਈ, ਸਾਰੀਆਂ ਲਾਈਨਾਂ ਸਾਫ਼ ਹੋਈਆਂ। ਪ੍ਰੋਬਲਮ ਜਿਹੜੀਆਂ ਲਾਈਨਾਂ ਛੋਟੀਆਂ ਹੋਣ ਕਰਕੇ ਹੈ ਕਿ ਇਹਦੀ ਸਫਾਈ ਹੈ ਜਿਹੜੀ ਮੌਕੇ ਮੌਕੇ ਤੇ ਹੋਣੀ ਚਾਹੀਦੀ ਹੈ, ਜਾਂ ਜਿਹੜੀ ਵੱਡੀ ਲਾਈਨ ਹੈ ਇਹਨੂੰ ਚੇਂਜ ਕਰਕੇ ਧੁਰ ਤੱਕ ਇਹਨੂੰ ਲਾਈਨ ਨੂੰ ਵਧਾਇਆ ਜਾਵੇ। 16-ਇੰਚੀ ਹੈ, 10-ਇੰਚੀ ਹੈ, ਲਾਈਨਾਂ ਇਹੋ ਜਿਹੀਆਂ ਵਧਾਈਆਂ ਜਾਣ, ਕਿਉਂਕਿ ਸਮੇਂ ਦੇ ਮੁਤਾਬਕ ਜਿਹੜੀ ਲੋਕਾਂ ਦਾ ਜਿਹੜਾ ਪਾਣੀ ਹੈ ਇਹ ਮਹੱਲਿਆਂ ਦਾ ਵੱਧ ਚੁੱਕਿਆ। ਇਸ ਲਈ ਸਰਕਾਰ ਨੂੰ ਚਾਹੀਦਾ, ਪ੍ਰਸ਼ਾਸਨ ਨੂੰ ਚਾਹੀਦਾ
ਕਿ ਜੇ ਲੈਨ ਚੇਂਜ ਕਰਨੀ ਹੈ ਇਹਦਾ ਵੀ ਕੋਈ ਐਸਟੀਮੇਟ ਪਾਸ ਕਰੇ, ਔਰ ਜੇ ਹੁਣ ਮੌਕੇ ਦੀ ਜਿਹੜੀ ਸਹੂਲਤ ਹੈ ਜਿਹੜੇ ਇੱਥੇ ਇੰਜਨ ਲਾ ਕੇ ਪਾਣੀ ਕੱਢ ਰਿਹਾ, ਕਿਉਂਕਿ ਮੇਰਾ ਆਪਣਾ ਤਜਰਬਾ ਸੀ, ਕੁਝ ਜਾ ਕੇ 4-4 ਵਜੇ 3-3 ਵਜੇ ਜਾ ਕੇ ਦੇਖਦੇ ਰਹੇ ਹਾਂ, ਮੋਟਰਾਂ ਕਦੇ ਬੰਦ ਹੋ ਜਾਂਦੀਆਂ। ਆਹ ਜਿਹੜਾ ਇੰਜਨ ਇੱਥੇ ਲਾ ਕੇ ਟੈਂਕਰ ਭਰਦੇ ਆ ਤਾਂ ਹੁਣ ਮੀਂਹ ਆ ਜਾਣਾ ਜਾਂ ਵਾਟਰ ਸਪਲਾਈ ਚੱਲ ਪਈ ਉਹ ਮੇਨ ਹੋਲ ਫੇਰ ਭਰ ਜਾਂਦੇ ਆ, ਜੇ ਸਫਾਈ ਵੀ ਕਰਤੀ ਮੇਨ ਹੋਲ ਮੂਹਰੇ ਜਿਹੜਾ ਡਿਸਪੋਜ਼ਲ ਹੈ ਜਦ ਤੱਕ ਉਹ ਨਹੀਂ ਚੱਲਦਾ ਸਾਡਾ ਹੱਲ ਨਹੀਂ ਹੈ। ਇਸ ਲਈ ਜਿਹੜੇ ਆਹ ਇੰਜਨ ਇੱਥੇ ਚੱਲਦੇ ਆ ਜੇ ਕੰਟੀਨਿਊ ਉੱਥੇ ਡਿਸਪੋਜ਼ਲ ਉੱਤੇ ਚੱਲਣ ਤਾਂ ਜਿਹੜਾ ਪਾਣੀ ਆ ਰਾਤੋਂ ਰਾਹ ਨਿਕਲ ਸਕਦਾ, ਲਗਾਤਾਰ 2 ਮੋਟਰਾਂ ਉੱਥੇ ਚੱਲਣ ਤਾਂ ਪਾਣੀ ਸਾਰਾ ਨਿਕਲ ਸਕਦਾ ਹੈ ਔਰ ਲੈਨ ਦੀ ਸਫਾਈ ਤਾਂ ਹੋ ਸਕਦੀ ਹੈ। ਇਹ ਸਾਡਾ ਪ੍ਰੋਪਰ ਪੱਕਾ ਹੱਲ ਹੈ। ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੈਂ ਕਮੇਟੀ ਪਤਾ ਕੀਤਾ, ਗਰੰਟਾਂ ਜਾਰੀ ਹੋਈਆਂ ਸਰਕਾਰ ਦੇ ਵੱਲੋਂ, ਗਰੰਟਾਂ ਜਾਰੀ ਹੋਈਆਂ, ਉਹਨੂੰ ਯੂਜ਼ ਕਰਨਾ, ਇਸਤੇਮਾਲ ਕਰਨਾ, SDO ਜਾਂ ਸੀਵਰੇਜ ਬੋਰਡ ਜਾਂ ਸਾਡੀ ਨਗਰ ਕੌਂਸਲ ਦਾ ਕੰਮ ਹੁੰਦਾ। ਪਰ ਨਗਰ ਕੌਂਸਲ ਦੇ ਪੱਲਾ ਚਾੜ ਰਹੇ, ਮੈਂ ਤਾਂ ਸੁਣਿਆ ਕਿ ਪ੍ਰਧਾਨ ਜੀ ਕਹਿੰਦੇ ਸਾਡਾ ਕੰਮ ਹੀ ਨਹੀਂ ਹੈ, ਤੇ ਜੇ ਤੁਹਾਡਾ ਕੰਮ ਨਹੀਂ ਤੁਸੀਂ ਟੈਂਕਰ ਕਿਉਂ ਭੇਜਦੇ ਹੋ? ਤੁਹਾਡੇ ਕੌਂਸਲਰ ਨੇ, ਤੁਸੀਂ ਵੋਟਾਂ ਲੋਕਾਂ ਤੋਂ ਲੈਂਦੇ ਹਾਂ, ਅਸੀਂ ਲੋਕਾਂ ਨੂੰ ਜਵਾਬ ਦੇ ਅਸੀਂ ਹਾਂ, ਸੀਵਰੇਜ ਬੋਰਡ ਨੂੰ ਕੰਮ ਕਮੇਟੀ ਦਾ ਅਸੀਂ ਦਿੱਤਾ, ਅਸੀਂ ਉਹਨਾਂ ਨੂੰ ਪੈਸੇ ਪੇ ਕਰਦੇ ਹਾਂ। ਇਸ ਕਰਕੇ ਪ੍ਰਧਾਨ ਜੀ ਨੂੰ ਚਾਹੀਦਾ ਕਿ ਪ੍ਰਧਾਨ ਜੀ ਸੀਵਰੇਜ ਬੋਰਡ ਨੂੰ ਲੈਟਰ ਕੱਢਣ, ਐਕਸੀ ਨੂੰ ਲੈਟਰ ਕੱਢਣ, ਉੱਪਰ ਤੱਕ ਕੱਢਣ ਕੇ ਸਾਡੇ ਪੈਸੇ ਹੈ, ਨਹੀਂ ਚੁੱਕੋ ਕੰਮ ਖੋ ਤੇ ਕਮੇਟੀ ਲੈ ਕੇ ਵਾਪਸ ਕਰਾਓ। ਇਹ ਸਾਡਾ ਕੰਮ ਹੈ, ਕਮੇਟੀ ਦਾ, ਸੀਵਰੇਜ ਬੋਰਡ ਕਰੇ, ਕੋਈ ਕੰਪਨੀ ਕਰੇ, ਅਸੀਂ ਉਹਨਾਂ ਨੂੰ ਕੰਮ ਦਿੱਤਾ ਹੋਇਆ। ਲੋਕ ਕਹਿਣਗੇ, ਸਾਡੀਆਂ ਭੈਣਾਂ ਨੇ, ਸਾਡੇ ਜੋ ਨੌਜਵਾਨ ਨੇ, ਭਰਾ ਨੇ ਜਿਵੇਂ ਕਹਿਣਗੇ ਉਸ ਤਰ੍ਹਾਂ ਕਰਾਂਗੇ। ਫਿਲਹਾਲ ਸਾਡੀ, ਅਸੀਂ ਇਹਨਾਂ ਦੇ ਨਾਲ ਰਹਿਮਤ ਕਰਾਂਗੇ, ਅਜੇ ਫਿਲਹਾਲ ਸਾਡੀ ਕੋਈ ਸਮੱਸਿਆ ਦਾ ਘੱਟੋ ਘੱਟ ਜੀ ਹੁਣ ਲਗਾਤਾਰ ਤਾਂ 2-3 ਮਹੀਨੇ ਹੋ ਗਏ ਜੀ, ਪਰ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਹੈਗੀ। ਕੋਈ ਆ ਜਾਂਦਾ ਟੈਂਕਰ ਜਾਂ ਕੱਢ ਕੇ ਸਾਫ਼ ਕਰਕੇ ਉਹਦੀ 20 ਮਿੰਟਾਂ ਬਾਅਦ ਉਹੀ ਟੈਂਕਰ ਵਾਲਾ ਦੁਬਾਰੇ ਭਮਾ ਆ ਜੇ, ਉਹਦੀ ਫੇਰ ਭਰ ਜੂਗਾ ਜੀ। ਟੈਂਕਰ ਨੂੰ ਸਮੱਸਿਆ ਦਾ ਹੱਲ ਸਮਝਦੇ ਹੋ ਤੁਸੀਂ? ਨਹੀਂ, ਸਮੱਸਿਆ ਦਾ ਹੱਲ ਹੈ ਹੀ ਨਹੀਂ ਜੀ, ਅਸੀਂ ਤਾਂ ਚਾਹ ਜਾ ਕੇ ਗੇੜੇ ਮਾਰਦੇ ਹਾਂ, ਸਾਨੂੰ ਟਾਈਮ ਦੇ ਦਿਓ, ਸਾਨੂੰ ਟਾਈਮ ਦੇ ਦਿਓ ਜੀ। ਹੁਣ ਕੀ ਮੰਗ ਕੀ ਹੈ? ਅਸੀਂ ਮੰਗ ਤਾਂ ਇਹ ਕਰਦੇ ਹਾਂ ਵੀ ਸਾਡਾ ਇੱਕ ਦਿਨ ਚ ਹੱਲ ਹੁੰਦਾ ਤਾਂ ਠੀਕ ਹੈ, ਤਾਂ ਨਹੀਂ ਫਿਰ ਅਸੀਂ ਵੱਡੇ ਪੱਧਰ ਤੇ ਕਦਮ ਚੱਕਾਂਗੇ ਜੀ। 2004 ਚ 5 ਚ ਜਦੋਂ ਪੁੱਲ ਬਣਿਆ ਜੀ, ਪੁੱਲ ਦਾ ਪਾਣੀ ਸਾਰਾ ਇੱਧਰ ਹੈ ਜੀ, ਤੇ ਇੱਧਰੋਂ ਹੁਣ ਸੀਵਰੇਜ ਦਾ ਪਾਣੀ ਹੋ ਗਿਆ, ਇਹ ਦੋਨੋਂ ਪਾਣੀ ਇਕੱਠੇ ਹੋ ਗਏ, ਇਹ ਓਵਰਫਲੋ ਹੋ ਜਾਂਦੇ ਨੇ ਤੇ ਸਾਰਿਆਂ ਨੂੰ ਸਮੱਸਿਆ ਖੜੀ ਹੁੰਦੀ ਹੈ। ਪਹਿਲੇ ਘਰਾਂ ਚ ਨਹੀਂ ਪਾਣੀ ਜਾਂਦਾ ਸੀ, ਹੁਣ ਘਰਾਂ ਚ ਵੀ ਜਾਣ ਲੱਗਿਆ, ਮੇਰੇ ਏਡਾ ਏਡਾ ਪਾਣੀ ਖੜਾ ਰਿਹਾ, ਸਾਰਾ ਸਮਾਨ ਮੇਰਾ ਡੁੱਬ ਗਿਆ, ਉਹ ਤਾਂ ਸਮੱਸਿਆ ਦਾ ਹੱਲ ਕੌਣ ਕਰੂਗਾ ਜੀ? ਮੈਂ ਕੱਲੀ ਰਹਿੰਦੀ ਹਾਂ, ਰਾਤ ਪ੍ਰਾਤ ਨੂੰ ਮੈਂ ਡੁੱਬ ਵੀ ਸਕਦੀ ਸੀ, ਇੰਨਾ ਪਾਣੀ ਮੇਰੇ ਅੰਦਰ ਸੀਗਾ ਜੀ। ਬੱਚਿਆਂ ਨੂੰ ਸਕੂਲ ਜਾਣ ਵੇਲੇ ਦਿੱਕਤ ਆਉਂਦੀ ਹੋਗੀ? ਹਾਂਜੀ, ਦਿੱਕਤ ਆਉਂਦੀ ਹੈ ਬੱਚਿਆਂ ਨੂੰ, ਬੱਚਿਆਂ ਨੂੰ ਗੋਦੀ ਚੱਕ ਕੇ ਲੈ ਕੇ ਜਾਂਦੇ ਨੇ, ਉਹ ਆਪ ਵੀ ਡੀਲ ਸਕਦੇ ਨੇ, ਸੀਵਰੇਜ ਦਾ ਕੋਈ ਵੀ ਢੱਕਣ ਖੁੱਲਾ ਹੋ ਸਕਦਾ, ਉਹਦੇ ਚ ਜਾ ਸਕਦੇ ਨੇ ਬੱਚੇ, ਬੱਚੇ ਛੋਟੇ ਨਹੀਂ ਜਾ ਸਕਦੇ। ਇਸ ਸਾਲ ਨਾਲ ਬਾਹਰੋਂ ਕੋਈ ਰਿਸ਼ਤੇਦਾਰ ਆਵੇ ਤਾਂ ਉਹ ਸਾਡੀ ਗਲੀ ਚ ਘਰ ਨਹੀਂ ਆ ਸਕਦਾ। ਸੁਖਨਾਮ ਸਿੰਘ ਸੋਨੀ ਹੈ, ਅਸੀਂ ਵਾਰਡ ਨੰਬਰ 16 ਦੇ ਨਿਵਾਸੀ ਹਾਂ, ਔਰ ਸਾਡੀ ਸਭ ਤੋਂ ਵੱਡੀ, ਅਸੀਂ ਹੁਣ ਸਰਕਾਰੀ ਮੁਲਾਜ਼ਮ ਹਾਂ, ਹੁਣ ਅਸੀਂ ਸੁਬਹਾ ਜਦੋਂ ਡਿਊਟੀ ਜਾਂਦੇ ਹਾਂ ਸਾਨੂੰ ਪਤਾ ਐਡਾ ਐਡਾ ਸਾਡੇ ਗੇਟ ਦੇ ਵਿੱਚ ਪਾਣੀ ਖੜਾ। ਇਹ ਜਿੰਨੇ ਵੀ MC ਆਏ ਨੇਗੇ, ਜਦੋਂ ਦਾ ਪੁਲ ਬਣਿਆ ਉਹ ਆਂਟੀ ਨੇ ਬਿਲਕੁਲ ਜਾਇਜ਼ ਸੱਚ ਦੱਸਿਆ ਗਾ, ਉਦੋਂ ਦਾ ਜਦੋਂ ਬਾਰਿਸ਼ ਪੈਂਦੀ ਆ ਸਾਡੇ ਵੱਲ ਪਾਣੀ ਆਉਣਾ ਹੀ ਆਉਣਾ। ਆਹ ਹੁਣ ਜਸਟ ਹਜੇ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਬੂੰਦਾਬਾਂਦੀ ਹੋ ਕੇ ਹਟੀ ਆ, ਸਾਡੀ ਗਲੀ ਚ ਪਾਣੀ ਨਾਲ ਦੀ ਨਾਲ ਖੜ ਗਿਆ। ਇਹ ਤਾਂ ਮੀਂਹ ਪਿਆ ਵੀ ਕਿੰਨੇ ਦਿਨ ਹੋ ਗਏ? ਦੇਖੋ ਉਹਦਾ ਜਿਹੜਾ ਮੀਂਹ ਪਿਆ ਗਾ ਉਹਦਾ ਕੋਈ ਸੋਲੂਸ਼ਨ ਹੈ ਹੀ ਨਹੀਂ, ਨਾ ਸਾਡੇ ਕੋਈ ਕਰ ਸਕਦਾ। ਮੈਂ ਕਹਿੰਦਾ CM ਸਿਟੀ ਆ ਭਗਵੰਤ ਮਾਨ ਸਾਹਿਬ ਨੇ, ਇੱਥੇ ਦੇ ਮੁੱਖ ਮੰਤਰੀ ਨੇ, ਅਸੀਂ ਵੋਟਾਂ ਪਾਈਆਂ, ਅਸੀਂ ਕਹਿੰਦੇ ਸਭੀ ਬਹੁਤ ਸਾਫ਼ ਆ ਉਹਨਾਂ ਦੀ, ਠੀਕ ਹੈ ਸਾਡੇ ਅਮਰੀਕ ਜੀ MC ਖੜੇ ਨੇ, ਸਾਡੇ ਸਤਿਕਾਰਯੋਗ ਨੇ ਇਹ, ਅਸੀਂ ਕਹਿੰਦੇ ਹੁਣ ਸਾਡੇ ਬੱਚੇ ਨੇ, ਨਿੱਕੇ ਨਿੱਕੇ ਬੱਚੇ ਨੇ, ਅਸੀਂ ਮੇਰੇ ਬੱਚੇ ਚੰਡੀਗੜ੍ਹ ਰਹਿੰਦੇ ਨੇ, ਉੱਥੇ ਅਸੀਂ ਲਿਆਈ ਨਹੀਂ ਸਕਦੇ ਬੱਚਿਆਂ ਨੂੰ, ਐਡਾ ਐਡਾ ਮੱਛਰ ਖੜਾ ਸਾਡੇ ਲੱਤਾਂ ਤੇ ਜਿਹੜਾ ਲੜ ਰਿਹਾ, ਕੋਈ ਆਂਟੀ ਕਹਿ ਰਹੇ ਨੇ ਕੱਲੇ ਰਹਿ ਰਹੇ ਨੇ ਉਹਨਾਂ ਦੇ, ਜਿਹੜਾ ਪਾਣੀ ਖੜਦਾ ਅੰਦਰ, ਜੇ ਕੱਲ ਨੂੰ ਮਰ ਗਏ ਕੌਣ ਜ਼ਿੰਮੇਵਾਰ? ਇੱਥੇ ਮਹੱਲੇ ਦੇ ਵਿੱਚ ਸਾਰੇ ਠੀਕ ਆ, ਜੇ ਮੈਂ ਜਿੰਨੇ ਵੀ ਮੇਰੇ ਭੈਣ ਭਾਈ ਆਏ ਹੋਏ ਨੇ ਸਭ ਨੂੰ ਕਹਿਣਾ ਵੀ ਉਹਨਾਂ ਦਾ ਧੰਨਵਾਦ ਕਰਦਾਗਾ। ਇੱਕ ਗੱਲ ਹੋਰ, ਜਿੰਨੇ ਵੀ ਜੰਗ ਨੂੰ ਜਾਣ ਵਾਲੇ ਘੋੜੇ ਹੁੰਦੇ ਨੇ ਆਮ ਨਹੀਂ ਹੁੰਦੇ, ਕਦੇ ਵੀ ਕਿਸੇ ਨੇ ਲੜਨਾ ਤਾਂ ਫਾਈਟ ਤਾਂ ਕਰਨੀ ਪੈਂਦੀ ਆ, ਸੰਘਰਸ਼ ਕਰਨਾ ਪੈਂਦਾ ਉਹਦੇ ਨਾਲ ਹੀ। ਹੁਣ ਸਾਡੇ ਵੀਰ ਦੱਸ ਰਹੇ ਜਿਨ੍ਹਾਂ ਨੇ ਮਕਾਨ ਪਾਇਆ, ਇਹ ਹੁਣ ਆਏ ਨੇ ਇੱਥੇ
ਅਸੀਂ ਜਦੋਂ ਇਹ ਪਾਣੀ ਖੜਿਆ ਅਸੀਂ ਧਰਨਾ ਲਾਇਆ, ਮੈਂ ਇੱਕ ਮੇਰਾ ਵੀਰ ਦਾਰਾ ਤੇ ਸਾਡਾ ਕਾਕੂ ਵੀਰ, ਅਸੀਂ ਕੱਲੇ ਕੱਲੇ ਘਰ ਦੇ ਵਿੱਚ ਗਏ। ਉਸ ਤੋਂ ਬਾਅਦ ਸਾਡੀਆਂ ਕੋਈ ਮਜਬੂਰੀਆਂ ਨੇ, ਅਸੀਂ ਕੋਈ ਜੌਬ ਕਰਦੇ ਹਾਂ, ਅਸੀਂ ਨਹੀਂ ਇਹ ਧਰਨਿਆਂ ਦੇ ਵਿੱਚ ਸ਼ਾਮਲ ਹੋ ਸਕਦੇ, ਪਰ ਮੇਰੀ ਮਦਰ ਸਾਰੇ ਜਾ ਸਕਦੇ ਨੇ। ਪਰ ਲੇਕਿਨ ਸਾਨੂੰ ਕੋਈ ਲੱਗਦਾ ਨਹੀਂ ਵੀ ਇਹਦਾ ਕੋਈ ਪੱਕਾ ਸਲੂਸ਼ਨ ਹੋਊਗਾ। ਇੱਥੇ ਦਾਅਵੇ ਵੱਡੇ ਵੱਡੇ ਕਰਦੇ ਨੇ, ਜਿੰਨੇ ਵੀ ਆਉਂਦੇ ਨੇ ਇੱਥੇ ਪੜ੍ਹੇ ਲਿਖੇ ਵੀ ਨੇ ਸਾਡੇ ਮਹੱਲੇ ਦੇ ਵਿੱਚ। ਹੁਣ ਤੁਸੀਂ ਗਲੀਆਂ ਦੇਖੋ, ਲੇਵਲ ਦੇਖੋ, ਇੱਧਰ ਗਲੀ ਉੱਚੀ ਹੈ, ਇੱਧਰ ਨੀਵੀਂ ਹੈ, ਕੀ ਗੱਲ ਬਈ? ਇੱਧਰ ਕਾਹਦਾ ਪੱਖਪਾਤ ਹੈ? ਅਸੀਂ ਕੋਈ ਟੈਕਸ ਨਹੀਂ ਦਿੰਦੇ, ਅਸੀਂ ਟੈਕਸ ਪੇਡ ਹਾਂ ਸਰਕਾਰ ਨੂੰ, ਅਸੀਂ ਡੇਲੀ ਜੌਬ ਤੇ ਜਾਂਦੇ ਹਾਂਗੇ। ਇੰਨੇ ਮੁੰਡੇ ਨੇ ਇੱਥੇ, ਦੁਕਾਨਾਂ ਨੀਗੇ, ਕੀ ਦੁਕਾਨ ਚੱਲ ਰਹੀ ਹੈ? ਐਡੀ ਐਡੀ ਜਲਬ ਖੜੀ ਹੈ, ਕੌਣ ਦੇਖ ਰਿਹਾ ਉਹਨੂੰ? ਹਰ ਇੱਕ ਬੰਦਾ ਆ ਕੇ ਬੋਲ ਦਿੰਦਾ, ਇੱਥੇ ਐਮ ਸੀ ਆ ਕੇ ਕਹਿੰਦਾ, ਕੋਈ ਪੁਰਾਣਾ, ਸਾਰੇ ਐਮ ਸੀ ਨੇ ਲਾਰੇ ਆ ਕੇ ਲਾ ਕੇ ਚਲੇ ਜਾਂਦੇ ਨੇ ਗੇ। ਮੈਨੂੰ ਗੱਲ ਦਾ ਜਵਾਬ ਦਿਓ, ਬੱਚੇ ਨੇ ਗੇ, ਸਾਡੀਆਂ ਮਾਤਾਵਾਂ ਨੇ, ਸਾਡਾ ਕੋਈ ਰਿਸ਼ਤੇਦਾਰ, ਸਾਡੇ ਬੱਚੇ ਦਾ, ਹੁਣ ਮੇਰੇ ਬੇਟੇ ਦਾ ਜਨਮ ਦਿਨ ਹੈ 15 ਅਗਸਤ ਨੂੰ, ਮੈਂ ਪਹਿਲੀ ਕਹਿੰਦਾ ਵੀ ਆਇਓ ਨਾ ਵੀ ਸਾਡੇ ਘਰ ਨਾ ਆਇਓ। ਕਹਿੰਦੇ ਕਿਉਂ? ਮੈਂ ਕਿਹਾ ਆ ਕੇ ਕਰੋਗੇ ਕਿ ਐਡਾ ਐਡਾ ਮੱਛਰ ਹੈ, ਜਿਹੜਾ ਜਲਬ ਹੈ, ਪਹਿਲੀ ਗੱਲ ਤਾਂ ਗੱਡੀ ਅੰਦਰ ਜਾਊਗੀ, ਤੁਸੀਂ ਤੁਰ ਕੇ ਆ ਹੀ ਨਹੀਂ ਸਕਦੇ, ਨਾ ਕਿਤੇ ਜਾ ਸਕਦੇ ਆ। ਕੋਈ ਵੀ ਸਾਡੇ, ਨਾ ਤਾਂ ਕੋਈ ਰਿਸ਼ਤੇਦਾਰ ਆ ਸਕਦਾ, ਕੋਈ ਸਾਡੇ ਤੇ ਫੰਕਸ਼ਨ ਨਹੀਂ ਕਰ ਸਕਦਾ। ਇੰਨਾ ਸੋਹਣਾ ਮਹੱਲਾ ਸੀਗਾ ਸਾਡਾ, ਇਹ ਬਹੁਤ ਹੀ ਵਧੀਆ ਮਹੱਲਾ ਸੀ। ਜਦੋਂ ਦੇ ਆ ਸੀਵਰੇਜ ਪਏ ਨੇ, ਜਦੋਂ ਦਾ ਪੁਲ ਬਣਿਆ, ਪੁਲ ਮੀਂਹ ਆ ਜੇ, ਸਾਰਾ ਪਾਣੀ ਸਾਡੀ ਗਲੀ ਤਾਂ ਡੁੱਬਣੀ ਹੀ ਡੁੱਬਣੀ ਹੈ। ਇਹਦਾ ਕੋਈ ਹੱਲ ਹੀ ਨਹੀਂ, ਨਾ ਕੋਈ ਕਰਾ ਸਕਦਾ, ਮੈਨੂੰ ਨਹੀਂ ਲੱਗਦਾ ਕੋਈ ਕਰਾ ਸਕਦਾ। ਹੱਲ ਇਹੀ ਆ, ਹੁਣ ਅਸੀਂ ਆਉਂਦੇ ਨੇ ਤੇ ਵੱਡੇ ਵੱਡੇ ਲੀਡਰ ਆਉਂਦੇ ਨੇ, ਕੋਈ ਵੀ ਆਉਂਦਾ ਉਹਨਾਂ ਨੂੰ ਕੁਰਸੀਆਂ ਤੇ ਬਿਠਾ ਲੈਂਦੇ ਆ, ਕੋਈ ਵੀ ਆ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ। ਮੂਹਰੇ ਬੈਠੇ ਹੁੰਦੇ ਨੇ ਸਮੋਸੇ ਖਾਣ ਨੂੰ, ਪਤਾ ਨਹੀਂ ਸਮੋਸੇ ਕਮਾਣ ਨੂੰ, ਕਈ ਸਾਡੇ ਕੋਠੇ ਤੇ ਚੜਾ ਦਿੰਦੇ ਨੇ, ਚੜ ਜਾਓ ਜੀ, ਕੋਈ ਉਧਰਲੇ ਕੋਠੇ ਤੇ ਬੋਲਦੇ ਹੈ ਨਹੀਂ, ਪਤਾ ਨਹੀਂ ਕੀ ਗੱਲ। ਅਸੀਂ ਤਾਂ ਇਹ ਚਾਹੁੰਦੇ ਆ ਜਾਂ ਸਾਡਾ ਹੱਲ ਹੀ ਕਰਾ ਦਿਓ, ਸਾਡਾ ਹਾਲਾ ਮਕਾਨ ਹੀ ਪਕਵਾ ਦਿਓ ਇੱਥੋਂ, ਔਰ ਸਾਨੂੰ ਕਿਤੇ ਹੋਰ ਪਾਸੇ ਨਿਕਲ ਜੇ ਜੀ, ਜਾ ਕੇ ਰਹਿ ਲਈਏ। ਇੰਨਾ ਗੰਦਾ, ਦੁਕਾਨਦਾਰੀਆਂ ਸਾਰੀਆਂ ਫੇਲ ਹੋਈਆਂ ਪਈਆਂ। ਹੁਣ ਇਹ ਮੁੰਡਾ ਹੇਅਰ ਕਟਿੰਗ ਦਾ ਕੰਮ ਕਰਦਾ, ਕਿਹੜਾ ਇਹਦੇ ਆਊਗਾ ਵਾਲ ਕਟਾਉਣ? ਆਹ ਦੁਕਾਨ ਨੂੰ ਸ਼ਟਰ ਲੱਗਿਆ ਪਿਆ, ਆਹ ਦੁਕਾਨਾਂ ਕਿੱਥੋਂ ਕਿਰਾਏ ਤੇ ਚੜ੍ਹਨਗੀਆਂ? ਕੌਣ ਪੁੱਛੂਗਾ ਇਹਨੂੰ ਆ ਕੇ? ਇੱਥੇ ਕੋਈ ਬੋਲਣ ਵਾਲਾ ਹੈ ਹੀ ਨਹੀਂਗਾ ਕੋਈ।